ਸ਼ਾਇਦ ਪਹਿਲਾ ਕਰਦੇ ਹੀ ਕਿਸੇ ਨੇ ਅਜੀਹਾ ਕੋਈ ਕિસ્ਸਾ ਸੁਣਿਆ ਹੋਵੇ ਦਿਨ ਚ ਆਇਆ ਸੀ ਗਾਹਕ ਬਣ ਕੇ ਅਤੇ ਰਾਤ ਨੂੰ ਚੋਰ ਬਣ ਕੇ ਕਰ ਗਿਆ ਕਿਸਾਨ ਦੇ ਘਰ ਦਾ ਸਫਾਇਆ ਜੀ ਹਾਂ ਅਜੀਹੀ ਕੁਝ ਹੋਇਆ ਨਾਬਾ ਦੇ ਪਿੰਡ ਕੋਟਕਲਾ ਵਿੱਚ ਸਥਿਤ ਕਿਸਾਨ ਦੇ ਘਰ ਇੱਥੇ ਕਿਸਾਨ ਗੁਰਨਾਬ ਸਿੰਘ ਕੋਲ ਦਿਨੇ ਇੱਕ ਵਪਾਰੀ ਉਸ ਦੀਆਂ ਮੱਝਾਂ ਵੇਖਣ ਆਇਆ ਸੀ ਤੇ ਰਾਤ ਨੂੰ ਚੋਰੀ ਕਰਕੇ ਫਰਾਰ ਹੋ ਗਿਆ ਘਰ ਚ ਗਰੀਬੀ ਕਾਰਨ ਹਾਲਾਤ ਬਹੁਤ ਖਰਾਬ ਨੇ ਬੀੜਤ ਗੁਰਨਾਬ ਸਿੰਘ ਦੀ ਪਤਨੀ ਪਿਛਲੇ 11 ਮਹੀਨਿਆਂ ਤੋਂ ਬਿਮਾਰ ਹੈ ਤੇ ਹੁਣ ਤੱਕ ਉਹਨਾਂ ਦੇ ਇਲਾਜ ਲਈ 3 ਏਕੜ ਜ਼ਮੀਨ ਵੇਚੀ ਹੋਈ ਹੈ ਤੇ ਹੁਣ ਨੌਬਤ ਮੱਝਾਂ ਵੇਚਣ ਦੀ ਆ ਗਈ ਸੀ ਇਸੇ ਲਈ ਗਾਹਕ ਨੂੰ ਦਿਖਾਈਆਂ ਗਈਆਂ ਪਰ ਇਸ ਗਰੀਬ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਇਸ ਪਰਿਵਾਰ ਦੀ ਪ੍ਰਸ਼ਾਸਨ ਵੱਲੋਂ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਵੀ ਕਾਰਵਾਈ ਦੀ ਗੱਲ ਕਹੀ ਹੈ ਤੁਸੀਂ ਖੁਦ ਹੀ ਸੁਣ ਲਓ ਕਿ ਆਖਿਰ ਪੂਰਾ ਮਾਮਲਾ ਹੈ ਕੀ ਪੰਜਾਬ ਦੇ ਵਿੱਚ ਅੱਜ ਦਿਨ ਕੋਈ ਨਾ ਕੋਈ ਮੱਝਾ ਚੋਰ ਗਰੋ ਸਰਗਰਮ ਦਿਖਾਈ ਦੇ ਰਿਹਾ ਜਿੱਥੋਂ ਕੋਈ ਨਾ ਬਾ ਹਲਕੇ ਦੀ ਗੱਲ ਕੀਤੀ ਜਾਵੇ ਇੱਥੋਂ ਵੀ 1 ਸਾਲ ਦੇ ਤਕਰੀਬਨ ਦਰਜਣਾ ਮੱਝਾ ਚੋਰੀ ਕੀਤੇ ਗਏ ਨੇ ਪਰ ਪੰਜਾਬ ਪੁਲਿਸ ਵੱਲੋਂ ਕੋਈ ਵੀ ਅਜੇ ਤੱਕ ਚੋਰ ਗਰੋ ਨਹੀਂ ਫੜਿਆ ਗਿਆ ਇੱਕ ਤਾਜ਼ੀ ਘਟਨਾ ਆ ਨਾਬਾ ਦਾ ਪਿੰਡ ਕੋਟ ਖੁਰਦ ਜਿੱਥੋਂ ਕਿ ਇੱਕ ਗਰੀਬ ਕਿਸਾਨ ਆ ਜਿਸ ਨੇ ਕੁਝ ਪੈ ਲਈਏ 25 ਤੋਂ 30 ਵਿਗੇ ਮੱਝਾ ਰੱਖ ਕੇ ਪਸ਼ੂ ਪਾਲ ਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੀ ਪਰ ਰੱਬ ਦੀ ਕਰੋਪੀ ਨੇ ਉਸ ਦੇ ਪਰਿਵਾਰ ਤੇ ਇੱਕ ਐਡਾ ਵਕਤ ਪਾਇ ਜਿੱਥੇ ਕੋਈ ਉਸ ਦੀ ਪਤਨੀ ਨੂੰ 11 ਮਹੀਨੇ ਅਲਾਜ਼ਲੀ ਪੀਜੀਆਈ ਵਿੱਚ ਕਿਤੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਵੀ ਰੱਖਾਇਆ ਗਿਆ ਜਿੱਥੇ ਕੋਈ ਲੱਖਾਂ ਰੁਪਿਆ ਉਸ ਨੇ ਇਸ ਦੀ ਬਿਮਾਰੀ ਤੇ ਆਪਣੀ ਪਤਨੀ ਦੀ ਬਿਮਾਰੀ ਤੇ ਲਗਾ ਦਿੱਤਾ ਪਰ ਦੂਸਰੇ ਪਾਸੇ ਉਸ ਉਹ ਆਪਣੀ ਪਤਨੀ ਦੀ ਬਿਮਾਰੀ ਲਈ ਮੱਜਾਂ ਨੂੰ ਸੇਲ ਕਰਨ ਦੀ ਗੱਲ ਕੀਤੀ ਤੇ ਵਪਾਰੀ ਬਲਾਏ ਵਪਾਰੀ ਰਾਤ ਨੂੰ ਚੋਰ ਬਣ ਕੇ ਉਸ ਦੀ ਮੱਜਾਂ ਨੂੰ ਚੋਰੀ ਕਰਕੇ ਲੈ ਗਏ ਜਿੱਥੋਂ ਕਿ ਆਪਣੀ ਪਤਨੀ ਦੇ ਇਲਾਜ ਲਈ ਬੱਜਾਂ ਬੇਸਕੇ ਇਲਾਜ ਕਰਵਾਉਣਾ ਚਾਹੁੰਦੇ ਅਸੀਂ ਉਸ ਦੇ ਘਰ ਦੇ ਹਾਲਾਤ ਦਿਖਾਵਾਂਗੇ ਆਪਣੀ ਪਤਨੀ ਦੇ ਕੋਲ ਮਾਪੁੱਤ ਖੜੇ ਨੇ ਇਲਾਜ ਲਈ ਤੇ ਗੁਲੂ ਕੋਸ਼ ਬਗੈਰਾ ਜਿਹੜੇ ਉਹ ਘਰ ਦੇ ਵਿੱਚ ਹੀ ਲਗਾਏ ਜਾ ਰਹੇ ਨੇ ਇਸ ਪਰਿਵਾਰ ਵੱਲੋਂ ਇਸ ਗਰੀਬ ਕਿਸਾਨ ਤੇ ਵੱਡੀ ਮੁਸੀਬਤ ਆਈ ਆ ਜੋ ਤੁਸੀਂ ਦੇਖ ਸਕਦੇ ਹੋ ਪਰਿਵਾਰ ਵੱਡੀ ਮੁਸੀਬਤ ਦੇ ਵਿੱਚ ਆ ਪਰ ਮੱਝ ਚੋਰ ਗਰੋ ਨੇ ਇਸ ਪਰਿਵਾਰ ਤੇ ਇੱਕ ਹੋਰ ਵੀ ਵੱਡਾ ਵਖਤ ਪਾਤਾ ਜੋ ਕੋਈ ਚੱਲਦਾ ਸਾਧਨ ਨੂੰ ਠੱਪ ਕਰ ਦਿੱਤਾ ਰਾਤ ਦੇ ਸਮੇਂ ਮੱਝਾਂ ਚੋਰੀ ਕਰਕੇ ਲੈ ਗਿਆ ਆਪਣੀ ਪਤਨੀ ਦੇ ਇਲਾਜ ਲਈ ਮੱਝਾਂ ਨੂੰ ਸੇਲ ਕਰਨ ਦੀ ਗੱਲ ਆਖੀ ਤੇ ਵਪਾਰੀਆਂ ਨੂੰ ਵੀ ਦਖਾਨ ਗਿਆ ਮੱਝਾਂ ਪਰ ਦੂਸਰੇ ਪਾਸੇ ਰਾਤ ਨੂੰ ਜਿਹੜੇ ਵਪਾਰੀ ਤੇ ਉਹ ਚੋਰ ਬਣ ਕੇ ਇਸ ਪਰਿਵਾਰ ਦੀਆਂ ਮੱਝਾਂ ਚੋਰੀ ਕਰਕੇ ਲੈ ਗਏ ਜੋ ਕੋਈ ਇੱਕ ਇੱਕ ਮੱਝ ਦੀ ਕੀਮਤ ਜਿਹੜੀ ਲੱਖ-ਲੱਖ ਰੁਪਏ ਦੱਸੀ ਜਾ ਰਹੀ ਆ ਜੋ ਕਿ 16-16 ਲੀਟਰ ਦੁੱਧ ਇੱਕ ਮੱਝ ਦਿੰਦੀ ਦੀ ਪਰ ਉਸ ਤੋਂ ਅਸੀਂ ਉਸ ਕਿਸਾਨ ਦੇ ਨਾਲ ਵੀ ਗੱਲਬਾਤ ਕਰਾਂਗੇ ਗੁਰਨਾਬ ਸਿੰਘ ਆ ਕਿਸਾਨ ਉਸਦੇ ਨਾਲ ਗੱਲਬਾਤ ਕਰਾਂਗੇ ਗੁਰਨਾਬ ਜੀ ਕੀ ਕੰਮਕਾਰ ਕਰਦੇ ਤੁਸੀਂ ਤੁਸੀਂ ਥੋੜੀ ਜੀ ਖੇਤੀ ਕਰਦੇ ਤੇ 25-30 ਕ ਬਿਗੇ ਸੌਂਦੀ ਕਰਦੇ ਤੇ ਜੀ ਖੇਤੀ ਅਸੀਂ ਮੇਸਰ ਘਰ ਵਾਲੀ ਬਿਮਾਰ ਹੋ ਗਈ ਜੀ ਉਥੇ ਕਰਕੇ ਕੋਈ ਕੰਮ ਕਾਰ ਨਹੀਂ ਚੱਲਦਾ ਜੀ ਬੱਚਿਆਂ ਦੀ ਪੜ੍ਹਾਈ ਪੜੂਈ ਵੀ ਬਹੁਤ ਔਖੀ ਹੋ ਰਹੀ ਆ ਜੀ ਸਾਰੇ ਕੰਮ ਟੱਪ ਨੇ ਹੀ ਕੋਸ਼ ਜ਼ਮੀਨ ਵੀ ਵੇਚੇ ਜੀ ਪਹਿਲਾਂ ਕਿਲਾ 2 ਕਿੱਲੇ ਜ਼ਮੀਨ ਦੇ ਵੀ ਵੇਚੇ ਨੇ ਜੀ ਹੋਰ ਵੀ ਵੇਚਣ ਦੀ ਤਿਆਰੀ ਆ ਜੀ ਜ਼ਮੀਨ ਹੁਣ ਮੱਝਾਂ ਸੇਲ ਕਰੀਆਂ ਤੇ ਮੱਝਾਂ ਉਹਨਾਂ ਨੇ ਦੇਖਣ ਦੀ ਵੇਅ ਰਾਤ ਨੂੰ ਚੋਰੀ ਕਰਕੇ ਲੈ ਗਏ ਜੀ ਉਹ ਵੇਅ ਦੇਖਣ ਤੇ ਉਹਨਾਂ ਨੂੰ ਕਿਹਾ ਜੀ ਹੁਣ ਮੰਨਿਆ ਤਾਂ ਸਾਡੀ ਪੁਲਿਸ ਨਹੀਂ ਮਦਦ ਕਰ ਰਹੀ ਜੀ ਪ੍ਰਸ਼ਾਸਨ ਬਹੁਤ ਸਾਨੂੰ ਕਹਿੰਦਾ ਵੀ ਐਂ ਕਰ ਦੋ ਫਲਾਣਾ ਕਰ ਦੋ ਕੋਈ ਕੋਈ ਗੱਲਬਾਤ ਨਹੀਂ ਹੋ ਰਹੀ ਜੀ ਪ੍ਰਸ਼ਾਸਨ ਸਾਡੀ ਸੁਣਵਾਈ ਨਹੀਂ ਕਰ ਰਿਹਾ ਜੀ ਕੋਈ ਵੀ ਇਹ ਸਾਡੀ ਪ੍ਰਸ਼ਾਸਨ ਨੂੰ ਸੁਣਵਾਈ ਕਰਨੀ ਚਾਹੀਦੀ ਹੈ ਜੀ ਕਿ ਕਿੰਨਾ ਕੁ ਟਾਈਮ ਤੋਂ ਗੁਰਨਾਬ ਜੀ ਜਦੋਂ ਮੱਜਾਂ ਚੋਰੀ ਕਰਨਾ ਹੈ ਤੇ ਕਿੰਨੇ ਕੁ ਵਪਾਰੀ ਤੇ ਜਿਹੜੇ ਤੁਹਾਡੇ ਘਰ ਦੇ ਵਿੱਚ ਮੱਜਾਂ ਨੂੰ ਦੇਖ ਕੇ ਜਾਂਦੇ ਤੇ ਆ ਉਹ ਤਿੰਨ ਚਾਰ ਵਪਾਰੀ ਤੇ ਜੀ ਅੱਡੋ ਅੱਡ ਥਾਮਾ ਤੋਂ ਤੇ ਜ਼ਿਆਦੇ ਭਵਾਨੀਗੜ੍ਹ ਤੋਂ ਦੇਦੇ ਤੇ ਜੀ ਉਹਨੂੰ ਨਾਲ ਲਵੇ ਪਾਉਣ ਦੇ ਜਿਵੇਂ ਪਛਿੰਟ ਵਾਲਾ ਪਿੰਡ ਆਈ ਉਹ ਵਪਾਰੀ ਦਿਖਾਉਂਦੇ ਤੇ ਜੀ ਜਾ ਕੋਈ ਵੀ ਉਹਨਾਂ ਦੇ ਨਾਮ ਪੀਤਰੇ ਤੇ ਜੀ ਉਹ ਬੋਲੀ ਨਹੀਂ ਜੀ ਪਹਾ ਪੁਲਸ ਕਹਿ ਰਹੀ ਨਹੀਂ ਜੀ ਉਹਨਾਂ ਨੂੰ ਕੁਝ ਨਹੀਂ ਕਰ ਰਹੀ ਜੀ ਉਹ ਪੁਲਸ ਨੂੰ ਸੁਣਵਾਈ ਕਰਨੀ ਚਾਹੁੰਦੇ ਵੀ ਸਾਡੀ ਮਦਦਤ ਕਰਨੀ ਚਾਹੁੰਦੇ ਜੀ ਹੁਣ ਸਭ ਅੱਡ-ਅੱਡ ਨੇ ਜੀ ਵੀ ਕਹਿੰਦੇ ਨੇ ਵੀ ਕੀ ਕਰੋਗੇ ਇਹਦਾ ਫਲਾਣਾ ਕਰੋਗੇ ਕੁਝ ਨਹੀਂ ਬਣਦਾ ਜੀ ਪੁਲਿਸ ਵੀ ਕੀ ਪੁਲਿਸ ਵੱਲੋਂ ਕੋਈ ਮਾਮਲਾ ਦਰਜ ਕੀਤਾ ਗਿਆ ਅਣਪਛਾਤੇ ਵਿਅਕਤੀਆਂ ਤੁਹਾਡੇ ਕੋਲ ਤੁਹਾਡੇ ਵੱਲੋਂ ਕੋਈ ਨੌਂ ਤਾਂ ਰਹਿ ਗਿਆ ਕਿਸੇ ਵਿਅਕਤੀ ਦਾ ਵੀ ਪੁਲਿਸ ਕਾਰਵਾਈ ਨਹੀਂ ਕਰ ਰਹੀ ਹਾਂ ਨੌਂ ਤਾਂ ਰਹਾ ਜੀ ਪੁਲਿਸ ਪੁਸ ਕਾਰਵਾਈ ਨਹੀਂ ਕਰ ਰਹੀ ਉਹ ਕਹਿੰਦਾ ਵੀ ਇਹ ਤੇ ਚਾਹੇ ਇਹਦਾ ਮਨਦੇ ਨਹੀਂ ਹੈਗਾ ਜੀ ਵੀ ਇਹਨਾਂ ਨੇ ਕਰਿਆ ਨਹੀਂ ਹੈਗਾ ਜੀ ਕੁਝ ਜਦੋਂ ਆਪਾਂ ਨੌਂ ਉਹਦਾ ਨੌਂ ਧਰਤ ਆਈ ਫਿਰ ਪੁਲਿਸ ਕਿਉਂ ਨਹੀਂ ਕਾਰਵਾਈ ਕਰਦੀ ਜੀ ਕਰਨ ਤੁਸੀਂ ਉਸ ਵਿਅਕਤੀ ਤੇ ਕਿਸ ਤਰ੍ਹਾਂ ਸ਼ੱਕ ਕੀਤੀ ਹੈ ਵੀ ਇਹੀ ਬੰਦਾ ਸਾਡੀਆਂ ਮੱਝਾਂ ਚੋਰੀ ਕਰ ਸਕਦਾ ਉਹ ਆਪਣੀ ਮੱਝ ਤਾਂ ਹੱਥ ਫੇਰ-ਫੇਰ ਦੇਖਦਾ ਜੀ ਵੀ ਆਹ ਛੋਟੀ ਮੱਝ ਵਧੀ ਮੱਝ ਵਧੀ ਜੋ ਆਪਣੀ ਮੱਝ ਵਧੀਆ ਤੇ ਆਈ ਉਹ ਚੋਰੀ ਕਰਕੇ ਲੈ ਗਏ ਜੀ ਜਦੋਂ ਆਪਾਂ ਨੇ ਵੇਚਣ ਦੀ ਸ਼ੇਲ ਕਰੀਦੀ ਵੀ ਆਪਣਾ ਲਾਜ ਦਾ ਕੰਮ ਹੋ ਸਕੇ ਜੀ ਕੀ ਜਿਹੜੀ ਤੁਸੀਂ ਮੱਝ ਵੇਚਣੀ ਸੀ ਉਹ ਮੱਝ ਵੇਚ ਕੇ ਆਪਣੀ ਪਤਨੀ ਦੇ ਲਾਜ ਲਈ ਕਿੱਥੋਂ ਕਿੱਥੋਂ ਲਾਜ ਕਰਵਾਇਆ ਤੁਸੀਂ ਇਹ ਲਾਜ ਪੀਜੀਐਚ ਚ ਕਰਵਾਇਆ ਜੀ ਹੋਰ ਪ੍ਰਾਈਵੇਟ ਹਸਪਤਾਲਾਂ ਚ ਕਰਵਾਇਆ ਜੀ ਬਹੁਤ ਔਕੜਾਂ ਆਈਆਂ ਜੀ ਭੈਣ ਭਰਾਵਾਂ ਤੋਂ ਪੈਸੇ ਲਏ ਜੀ ਬਹੁਤ ਦਿੱਕਤਾਂ ਆ ਰਹੀਆਂ ਨੇ ਜੀ ਹੁਣ ਵੀ ਹਜੇ ਕੋਈ ਵੀ ਪਤਾ ਨਹੀਂ ਲੱਗ ਰਹੀ ਵੀ ਕਿੰਨਾ ਕ ਪੈਸਾ ਲੱਗ ਰਾਇ ਜੀ ਮਾਨਾ ਪਹਿਲਾਂ ਵੀ ਜ਼ਮੀਨ ਵੇਚਾਈ ਕਿਲਾ ਤੋਂ ਕਿਲੇ ਹੁਣ ਵੀ ਹੋਰ ਵੀ ਵੇਚਣੀ ਪਊਗੀ ਜ਼ਮੀਨ ਫੇਰ ਚੱਲੂਗਾ ਵੀ ਇਹ ਹੁਣ ਆਪਾਂ ਨੇ ਕਰਿਆ ਸੀ ਮੱਝ ਵੇਚਣ ਦੀ ਛੇਲ ਕਰੀ ਤੀ ਮੱਝ ਚੋਰੀ ਕਰਕੇ ਲੈ ਗਏ ਯੂਰਾਤ ਨੂੰ ਆਏ ਚੋਰੀਆਂ ਕਰਕੇ ਇਸ ਤੋਂ ਇਲਾਵਾ ਫਿਰ ਹੋਰ ਕੀ ਕੀ ਧੰਦਾ ਆਪਣਾ ਕਮਾਈ ਦਾ ਸਾਧਨ ਕਿੰਨੇ ਪਰਿਵਾਰ ਦੇ ਮੈਂਬਰੋਂ ਤੁਸੀਂ ਕਰਦੇ ਹੋ ਪਰਿਵਾਰ ਚ ਚਾਰ ਮੈਂਬਰ ਆ ਜੀ ਪੰਜਵੀਂ ਵਾਈਫ ਆ ਜੀ ਕੋਈ ਕੰਮ ਧੰਦਾ ਕਰਦਾ ਇਹਨੂੰ ਘਰੇ ਬੈਠਿਆ ਜੀ ਹੁਣ ਕੋਈ ਵੀ ਕੰਮ ਨਹੀਂ ਹੈਗਾ ਜੀ ਕਿੱਧਰ ਨੂੰ ਜਾਣਾ ਜੀ ਕੋਈ ਸੁਣਵਾਈ ਨਹੀਂ ਹੋ ਰਹੀ ਪੁਲਿਸ ਨੂੰ ਸੁਣਵਾਈ ਕਰਨੀ ਚਾਹੀਦੀ ਜੀ ਮਤਜ ਕੀ ਨੋ ਤੁਹਾਡਾ ਮੱਜਾ ਚੋਰੀ ਹੋਈ ਹੈ ਤੁਹਾਡੀ ਨੂੰ ਮੰਜੇ ਤੇ ਹਾਂ ਜੀ ਮੰਜੇ ਤੇ ਕਹੋ ਭਾਈ ਹੂੰ ਤਾਂ ਮੰਜੇ ਤੇ ਕਹੋ ਭਾਈ ਕਿਉਂ ਮੱਜਾ ਚੋਰੀ ਹੋ ਗਿਆ ਤੁਹਾਡੀ ਹਾਂ ਮੱਜਾ ਚੋਰੀ ਹੋ ਗਿਆ ਭਾਈ ਕਿੰਨੇ ਚੋਤ ਨੂੰ ਬਿਮਾਰ ਤੁਹਾਡੀ 11 11ਵਾਂ ਮਹੀਨਾ ਚੱਲ ਰਿਹਾ ਵੀ 11ਵਾਂ ਮਹੀਨਾ ਚੱਲ ਰਿਹਾ ਵੀ ਤੇਰੇ ਇੱਥੇ ਦਵਾਈ ਬੂਟੀ ਕਰਦੇ ਹਾਂ ਪਰੇ ਨਾ ਉਹ ਪੀਜੀ ਆਈ ਜੀ ਰੱਖੀ ਸੀ ਜੀ ਸਾਰੇ ਪਹਿਲਾਂ ਬਹੁਤ ਹਰਪਤਾਲਾ ਚ ਰੱਖਿਆ ਹੁਣ ਪੀਜੀ ਆਈ ਜੀ ਹੁਣ ਪਿੰਡ ਕਰਦੇ ਜੀ ਚੋਰਾਂ ਨੇ ਹੋਰ ਵਕਤ ਪਾਤਾ ਵਕਤ ਤੇ ਹਾਂ ਵਕਤ ਪਾਤਾ ਜੀ ਕੀ ਮੰਗ ਕਰਦੇ ਬਸ ਜੀ ਮੈਂ ਤਾਂ ਕੁਝ ਮੰਗ ਨਹੀਂ ਕਰਦੀ ਵਾਹਿਗੁਰੂ ਦੀ ਕਿਰਪਾ ਸੁਣਵਾਈ ਹੋਣੀ ਚਾਹੀਦੀ ਹੈ ਜੀ ਹਾਂ ਮੈਂ ਹੋਣ ਚਾਹੀਦਾ ਜੀ ਫਿਰ ਜੀ ਪਰਿਵਾਰ ਦੀ ਮੰਗ ਆ ਪੁਲਿਸ ਤੋਂ ਇਨਸਾਫ ਦੀ ਮੰਗ ਕਰ ਰਿਹਾ ਪਰ ਪੁਲਿਸ ਇਨਸਾਫ ਦਿਵਾਏਗੀ ਜਾਂ ਨਹੀਂ ਦਿਵਾਉਗੀ ਪਿੰਡ ਦੇ ਲੋਕ ਵੀ ਇਸ ਪਰਿਵਾਰ ਦੀ ਮਦਦ ਤੇ ਨਾਲ ਖੜੇ ਨੇ ਸਰਪੰਚ ਨੇ ਪਿੰਡ ਦੇ ਨਿਰਮਲ ਸਿੰਘ ਜੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਨਿਰਮਲ ਜੀ ਕੀ ਗੱਲ ਹੋਈ ਇਸ ਪਰਿਵਾਰ ਦੇ ਨਾਲ ਇਹ ਤਾਂ ਜੀ ਬਹੁਤ ਮਾੜੀ ਗੱਲ ਹੋ ਗਈ ਗਰੀਬ ਆਦਮੀ ਦੀ ਜੀ ਇਹ ਤਾਂ ਘਰ ਜੀ ਪਹਿਨੀ ਡੱਬਿਆ ਹੋਇਆ ਜੀ ਆਹ ਤਾਂ ਨਵਾਂ ਬੋਝ ਖੜਾ ਹੋ ਗਿਆ ਜੀ ਸਫਾ ਲੱਖ ਦੀ ਮੱਝ ਗਈ ਜੀ ਹੁਣ ਕੀ ਕਰੂਗਾ ਜੀ ਜ਼ਮੀਨ ਵੇਚੂਗਾ ਆ ਜੀ ਹੋਰ ਕੋਈ ਹਾਲਾਤ ਕਰਦੇ ਕਿਸੇ ਬਹੁਤ ਮਾਰੇ ਹਾਲਾਤ ਨੇ ਜੀ ਤੁਸੀਂ ਦੇਖ ਲਿਆ ਜੀ ਅੰਦਰ ਇਦੋਂ ਪੜਾ ਕੀ ਹੋਊਗਾ ਜੀ ਕੋਈ ਪਿੰਡ ਵੱਲੋਂ ਇਕੱਠੇ ਹੋ ਕੇ ਕੋਈ ਪੁਲਿਸ ਨੂੰ ਗੁਜ਼ਾਰਸ਼ ਕੀਤੀ ਹੈ ਪੁਲਿਸ ਕਿਉਂ ਨਹੀਂ ਸੁਣਵਾਈ ਕਰ ਰਹੀ ਅਸੀਂ ਗਏ ਆ ਜੀ ਕੱਲ੍ਹ ਉੱਥੋਂ ਪਹਾਣੀਗੜ ਤੋਂ ਬੰਦੇ ਆਏ ਤੇ ਜੀ ਕੋਈ ਰਾਈਟ ਹੋਈ ਦਿੱਤੀ ਨਹੀਂ ਜੀ ਹਾਏ ਪਹਿਲਾ ਮ ਕੋਈ ਇਲਾਕੇ ਚ ਕੋਈ ਅਜਿਹੇ ਕੰਮ ਹੋਇਆ ਪਹਿਲਾ ਚਾਂਸ ਹੈ ਜੀ ਇਹ ਸਾਡੇ ਪਿੰਡ ਚ ਮੱਝ ਚੋਰੀ ਦਾ ਪਹਿਲਾ ਚਾਂਸ ਹੈ ਜੀ ਕਦੇ ਪਹਿਲਾ ਨਹੀਂ ਹੋਇਆ ਜੀ ਪਰ ਅੱਜ ਤੱਕ ਕੋਈ ਪੁਲਿਸ ਵੱਲੋਂ ਅੱਜ ਤੱਕ ਪੰਜਾਬ ਦੇ ਵਿੱਚ ਇੰਨੀ ਮੱਝਾਂ ਚੋਰੀ ਹੁੰਦੀਆਂ ਨੇ ਕੋਈ ਵੀ ਮੱਝ ਚੋਰ ਨਹੀਂ ਫੜਿਆ ਗਿਆ ਨਾ ਜੀ ਕੋਈ ਨਹੀਂ ਫੜਿਆ ਗਿਆ ਜੀ ਜੇ ਸਾਡੇ ਤਾਂ ਪਿੰਡ ਦੇ ਵਿੱਚੋਂ ਲੈ ਗਈ ਜੀ ਬਾਹਰ ਹੋਵੇ ਫਿਰ ਵੀ ਗੱਲ ਹੈ ਜੀ ਪਿੰਡ ਦੇ ਵਿੱਚੋਂ ਲੈ ਜਾਣੀ ਮੱਝ ਇਹ ਤਾਂ ਬਹੁਤ ਵੱਡੀ ਗੱਲ ਹੈ ਜੀ ਪਿੰਡ ਦੇ ਲੋਕਾਂ ਦੇ ਵਿੱਚ ਵੀ ਪੰਜਾਬ ਪੁਲਿਸ ਦੇ ਪ੍ਰਤੀ ਜਿਹੜਾ ਗੁੱਸਾ ਜਿਹੜਾ ਨਜ਼ਰ ਆ ਰਿਹਾ ਜਿਥੋਂ ਕਿ ਪੰਜਾਬ ਦੇ ਵਿੱਚ ਕਾਫੀ ਮੱਝਾਂ ਚੋਰੀ ਹੋਈਆਂ ਨੇ ਪਰ ਅਜੇ ਤੱਕ ਪੰਜਾਬ ਪੁਲਿਸ ਵੱਲੋਂ ਮੱਝ ਚੋਰ ਗ੍ਰੋਹ ਨਹੀਂ ਫੜਿਆ ਗਿਆ ਪਰ ਇਸ ਕਿਸਾਨ ਗਰੀਬ ਕਿਸਾਨ ਦੀ ਗੁਜ਼ਾਰਸ਼ ਇਹ ਹੈ ਵੀ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਦੀ ਸ਼ਾਨ ਬਣ ਕੀਤੀ ਜਾਵੇ ਜੇ ਸਾਡੇ ਕੋਲੇ ਨਾ 10 ਤਰੀਕ ਨੂੰ ਇੱਕ ਸੂਰੇ ਦਲਾ ਦਿੱਤੀ ਸੀ ਵੀ ਉਹਦੀ ਇੱਕ ਮੱਝ ਜਿਹੜੇ ਘਰ ਦੇ ਸਾਹਮਣੇ ਵੱਜੀ ਹੋਈ ਸੀ ਉਹ ਰਾਤ ਨੂੰ ਕੋਈ ਖੋਲ ਕੇ ਲੈ ਗਿਆ ਤੇ ਇਹਦੇ ਸਵੰਚ ਅਸੀਂ ਜਿਹੜੀ ਆ ਸੀਸੀਟੀਵੀ ਕੈਮਰੇ ਦੇਖ ਕੇ ਉਹਨਾਂ ਦੀ ਜਿਹੜੀ ਹੈ ਦੋਸ਼ੀਆਂ ਦੀ ਤਲਾਸ਼ ਕਰ ਰਹੇ ਹਨ ਵੀ ਇੱਕ ਬਲੈਰੋ ਕੈਂਪਰ ਗੱਡੀ ਰਾਤ ਨੂੰ ਨਜ਼ਰ ਆਈ ਹੈ ਜਿਹਦਾ ਨੰਬਰ ਟਰੇਸ ਹੋ ਚੁੱਕਾ ਹੈ ਤੇ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਾਬਾ ਤੋਂ ਹਰਮਿਤ ਸਿੰਘ ਮਾਨ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਮਨਮਰਜ਼ੀ ਦਾ ਕਾਲਜ ਚੁਣਨਾ ਚਾਹੁੰਦੇ ਹੋ ਮਈ ਔਰ ਸਪਟੰਬਰ 2020 ਦੇ ਸੈਸ਼ਨ ਲਈ ਟਾਈਮ ਸਿਰ ਦਾਖਲਾ ਅਪਲਾਈ ਕਰਨ ਦਾ ਜਿਹੜੇ ਬੱਚੇ ਲਾਇਕ ਹੈ ਨੰਬਰ ਚੰਗੇ ਹੈ ਉਹਨਾਂ ਨੂੰ 5000 ਡਾਲਰ ਤੱਕ ਦੀ ਸਕਾਲਰਸ਼ਿਪ ਵੀ ਮਿਲ ਸਕਦੀ ਹੈ ਪੀਰਾਮਿਡੀ ਸਰਵਿਸਿਜ਼ ਨਾਲ ਅਪਲਾਈ ਕਰੋ ਕੈਨੇਡਾ ਜਾ ਕੇ ਆਪਣੇ ਸੁਪਨੇ ਨੂੰ ਸਾਕਾਰ ਕਰੋ